ਬਾਬਾ ਸ਼੍ਰੀ ਚੰਦ ਜੀ ਬਾਬਾ ਘੁਮੰਡੀ ਦਾਸ ਜੀ ਹੋਏ ਜਗ੍ਹਾ 'ਤੇ ਬਹੁਤ ਸ਼ਕਤੀ ਵਾਲੇ ਹੋਏ ਆ ਅਤੇ ਸਾਡੀ ਭੂਆ ਦਾ ਪਰਿਵਾਰ ਆ ਸਾਡਾ। लोहड़ी तो अगले दिन माघी का मेला पूरे पंजाब ते पूरी दुनिया के विच बहुत धूमधाम नाल मनाया जाता है। पंजाब के कई स्थानों पर यह माघी का मेला बहुत धूमधाम नाल मनाया गया। जिला जलंधर की तहसील शाहकोट के पिंड सादकपुर विच भी 16 अखंड पाठा के भोग पागे माघी का मेला मनाया गया। यह मेला उदासीन डेरा बाबा श्री चंद जी और बाबा घुमंडी दास जी के दरबार से मनाया गया। इस मौके पर ढाडी सिंह ने कीर्तन करके संगत को निहाल किया। स्वागत ਢਾਡੀ ਜਥੇ ਬੜੇ ਮੰਦਰ ਭੇਟਾ ਕੀਤਾ ਗਿਆ। ਧੰਨਵਾਦ ਹੈ ਸਰਦਾਰ ਮੁਖਤਾਰ ਸਿੰਘ ਜੀ ਸਰਪੰਚ ਸਾਹਿਬ ਜੀ ਉਹਨਾਂ ਵੱਲੋਂ ਵੀ 100 ਰੁਪਇਆ ਅੱਜ ਸਲਾਨਾ ਜੋੜ ਮੇਲਾ ਮਾਘੀ ਦਾ ਬਾਬਾ ਘੁੰਡੀ ਦਾਸ ਜੀ ਦੇ ਸਨ ਤੇ ਅੱਜ ਢਾਡੀ ਜਥੇ ਭੇਟਾ ਕਰਕੇ ਗਏ ਸਤਿਗੁਰੂ ਹਾਜ਼ਰੀਆਂ ਦਾ ਤੇ ਪ੍ਰਵਾਨ ਕਰਦੇ ਵਾਹਿਗੁਰੂ ਬੜੇ ਸੋਹਣੇ ਭਗਤ ਸਿੰਘ ਦਿਆਲ ਜੀ ਇਹਨਾਂ ਦੇ ਪਰਿਵਾਰ ਦਾ ਕੋਈ ਨਹੀਂ ਮੈਂਬਰ ਹੋਵੇ ਅੰਤ ਤੋਪਾ ਪ੍ਰਾਪਤ ਕਰ ਹੁਕਮ ਸਿੰਘ ਇਹਨਾਂ ਦੇ ਪੁੱਤਰ ਸੰਦੀਪ ਸਿੰਘ ਇਹਨਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਹੋਵੇ ਉਹ ਕੇ ਸ਼ੋਭਾ ਪ੍ਰਾਪਤ ਕਰਨ
सो इस वेले असीं खड़े हाँ पिंड सादकपुर जिला जलंधर बाबा घमंडी दास जी की जगह ते जिथे अज खंड पाठा दे भोग पाए गए। सो गल करदे हां साडे नाल महंत चेतन दास जी ते इस डेरे दे जिहड़े सेवादार वह भी खड़े ने। आपां गल करदे पहला महंत चेतन दास जी दे नाल। हाँ बाबा जी सत श्री अकाल जी। हाँ बाबा जी अज खंड पाठा दे भोग पाए गए आ ते माघ दा महीने दी शुरुआत होई आ, संगतां नूं की संदेश देना चाहुंदे? ਅਦਾਸੀ ਡੇਰਾ ਬਾਬਾ ਸ਼੍ਰੀ ਚੰਦ ਜੀ ਬਾਬਾ ਘਮੰਡੀ ਦਾਸ ਜੀ ਹੋਏ ਜਗ੍ਹਾ 'ਤੇ ਬਹੁਤ ਸ਼ਕਤੀ ਆਏ ਹੋਏ ਆ ਅਤੇ ਸਾਡੀ ਭੂਆ ਦਾ ਪਰਿਵਾਰ ਆਇਆ ਜੀ ਅਤੇ ਕਿੰਨੇ ਖੰਡ ਪਾਠਾਂ ਦੇ ਭੋਗ ਪਾਏ ਗਏ? ਖੰਡ ਪਾਠਾਂ ਦੇ ਭੋਗ ਪਾਏ ਅਤੇ ਹਰੇਕ ਸਾਲ ਸਾਲਾਨਾ ਮੇਲਾ ਪਏ। ਅੱਛਾ ਜੀ, ਮਾਘ ਦੇ ਮਹੀਨੇ ਵਿੱਚ ਸੰਗਤਾਂ ਨੂੰ ਕੋਈ ਉਪਦੇਸ਼ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ? ਬਾਬਾ ਘਮੰਡੀ ਦਾਸ ਜੀ ਦੇ ਡੇਰੇ ਤੇ ਸੇਵਾ ਹੁਣ ਇਸ ਵੇਲੇ ਕੌਣ ਕਰਦੇ ਨੇ ਜੀ? ਸਰਦੀਪ ਦਾਸ ਜੀ। ਨਾਮ ਕੀ? ਮੇਰਾ ਨਾਮ ਗੁਰਵਿੰਦਰ ਸਿੰਘ। ਗੁਰਵਿੰਦਰ ਸਿੰਘ, ਸੋ ਭੋਗ ਪਾਏ ਗਏ ਜੀ ਅਤੇ ਤੁਹਾਨੂੰ ਕਿਵੇਂ ਲੱਗਦਾ ਵੀ ਸੰਗਤਾਂ ਪੂਰੇ ਪਿੰਡ ਦੀਆਂ ਪੂਰਾ ਸਹਿਯੋਗ ਦਿੰਦੀਆਂ ਜਾਂ ਲਾਗੇ ਛਾਗੇ ਕੀ ਕਹਿਣਾ ਚਾਹੁੰਦੇ ਹੋ? ਕੋਈ ਪੂਰੇ ਨਗਰ ਦੀ ਸੰਯੋਗ ਨਾਲ ਇਸ ਸਾਲ ਆਸੇ ਪਾਸੇ ਸਾਰੇ ਸੰਗਤਾਂ ਦੇ ਸੰਯੋਗ ਨਾਲ ਬਹੁਤ ਵਧੀਆ ਪ੍ਰੋਗਰਾਮ ਨਿਕਲਦਾ ਵਾ, ਸਵੇਰੇ ਚੜ੍ਹਦਾ ਵਾ ਜੀ। ਅਤੇ ਸਾਲਾਨਾ ਪ੍ਰੋਗਰਾਮ ਹੁੰਦਾ ਜੀ? ਹਾਂਜੀ, ਸਾਲਾਨਾ ਜੀ ਹਰ ਸਾਲ ਦੀ ਤਰ੍ਹਾਂ ਮਾਘੀ ਦਾ ਪਵਿੱਤਰ ਦਿਹਾੜਾ ਇੱਦਾਂ ਹੀ ਮਨਾਈ ਜਾਂਦਾ। ਸੋ ਸੰਗਤਾਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹਾਂ? ਬਸ ਮਾਘ ਦੇ ਮਹੀਨੇ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਉਣ ਅਤੇ ਬਸ ਇਹੀ ਸੰਦੇਸ਼ ਆ ਜੀ। ਬਾਕੀ ਗੁਰੂ ਘਰ ਨਾਲ ਜੁੜਨ, ਬਾਕੀ ਜੋ ਅੱਜ ਕੱਲ੍ਹ ਚੱਲਦਾ ਵਾ ਕਿਸਾਨਾਂ ਦਾ, ਉਹਨਾਂ ਤੋਂ ਥੋੜ੍ਹਾ ਜਿਹਾ ਉਹਨਾਂ ਦੇਖਣ ਅਤੇ ਉਹਨਾਂ ਦਾ ਕਰਨ, ਸਾਥ ਦੇਣ ਸਾਰੇ ਆਏ ਰਲ ਕੇ। ਬਾਕੀ ਚਲੋ ਜਿੱਦਾਂ ਵੀ ਆ ਕਰਨਾ ਚਾਹੀਦਾ, ਬਾਕੀ ਗੁਰੂ ਘਰ ਨਾਲ।